ਚੱਲ ਵੀਡੀਓ ਚੱਲਦੀ ਬਾਈ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਅੱਜ ਅਸੀਂ ਨਵਾਂ ਪ੍ਰੋਜੈਕਟ ਬਣਾਇਆ ਸੀ ਇੱਕ, ਜਿਵੇਂ ਤੁਹਾਨੂੰ ਪਤਾ ਹੀ ਅਵਾਰਾ ਪਸ਼ੂਆਂ ਦੀ ਬੜੀ ਸਮੱਸਿਆ, ਤੇ ਸਾਨੂੰ ਵੀ ਬੜੀ ਸਮੱਸਿਆ ਆਈ ਸੀ ਤੇ ਖੇਤ ਝੁੱਗੀ ਪਾਉਣੀ ਪੈ ਗਈ ਸੀ ਯਾਰ, ਇੰਨੀ ਸਮੱਸਿਆ ਸੀਗੀ ਅਵਾਰਾ ਪਸ਼ੂਆਂ ਦੀ। ਪਰ ਹੁਣ ਆਪਾਂ ਇੱਕ ਪ੍ਰੋਜੈਕਟ ਬਣਾ ਲਿਆ ਜਿਹੜਾ ਤੁਹਾਨੂੰ ਰਜਾਈ 'ਚ ਬੈਠਿਆਂ ਹੀ ਪਤਾ ਦੱਸੂਗਾ ਵੀ ਬਾਈ ਖੇਤ ਪਸ਼ੂ ਆ ਗਏ ਤੁਹਾਡੇ। ਤੇ ਹੁਣ ਆਪਾਂ ਉਹਦਾ ਟ੍ਰਾਇਲ ਤੁਹਾਨੂੰ ਦੇਣ ਲੱਗੇ ਹਾਂ, ਪ੍ਰੈਕਟੀਕਲ ਆ, ਛੱਡ ਕੇ ਵਿਹਣਿਆ ਜਾਨਵਰ ਜਦੋਂ ਇਹ ਜਾ ਵੜਿਆ ਚਰਨ, ਤੇ ਨਾਲ ਦੀ ਨਾਲ ਤੁਹਾਨੂੰ ਖੂਨ ਆ ਗਈ ਜਦੋਂ ਆਹ ਚਿੱਤਰ ਗਿਆ। ਚੱਲ ਵੀ ਸ਼ੇਰਾ ਉੱਤਰ ਜਾ ਹੁਣ, ਚੜਿਆ ਚੜਿਆ ਚੜਿਆ। ਲੈ ਬਾਈ ਇਹ ਯਾਰ ਸਾਨੂੰ ਥੋੜਾ ਜਿਹਾ ਘੱਲਣਾ ਪਿਆ ਧੱਕੇ ਨਾਲ, ਕਿਉਂਕਿ ਅਵਾਰਾ ਨੀ ਗਾ। ਤੇ ਆਹ ਆਪਣਾ ਪ੍ਰੋਸੀਜਰ ਆ ਬਾਈ, ਤੇ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ। ਠੀਕ ਆ ਜੀ, ਵੀਡੀਓ ਨੂੰ ਬਾਈ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ। ਇੱਕ ਹੋਰ ਪ੍ਰੋਜੈਕਟ ਉਹਦੀ ਜਾਣਕਾਰੀ ਦੇ ਦੇਣੀ, ਇੱਕ ਆਹ ਬਾਈ ਆਪਣਾ ਪ੍ਰੋਜੈਕਟ ਆ, ਇਹ ਪ੍ਰੋਜੈਕਟ ਆਪਣੇ ਹੁੰਦੇ ਵੀ ਫੁੱਲੀ ਵਾਟਰ ਪਰੂਫ ਆ। ਉਹ ਪਿਆ ਦੂਜਾ ਪ੍ਰੋਜੈਕਟ, ਮਾੜੀ ਚੱਕਰੀ ਉਹਦੀ ਵਾ ਵਾਰਾ ਪਛਵਾ। ਅੱਜ ਮੀਂਹ ਪਈ ਜਾਂਦਾ ਤੇ ਕੋਈ ਇਹਦਾ ਕੋਈ ਐ ਨਹੀਂ ਗੱਲ ਵੀ ਭਿੱਜ ਜੂ ਜਾਂ ਕੁਛ ਹੋ ਜੂ। ਆਹ ਜਿਹੜਾ ਪ੍ਰੋਜੈਕਟ ਆ ਇਹ ਜਿਹੜਾ ਮੋਟਰਾਂ ਦੀ ਲਾਈਟ ਦੱਸਣ ਵਾਲਾ ਬਾਈ, ਭਾਵੇਂ ਤੁਸੀਂ ਘਰੇ ਲਿਆਓ ਜਦੋਂ ਲੋੜ ਆ ਉਦੋਂ ਲਾ ਲਓ। ਕਈਆਂ ਪਿੰਡਾਂ 'ਚ ਇਹ ਹੁੰਦਾ ਵੀ ਬੰਦੇ ਦੀਆਂ 6-7 ਮੋਟਰਾਂ ਹੁੰਦੀਆਂ ਤੇ ਉਹ ਹੁੰਦੀਆਂ ਅੱਡੋ ਅੱਡੀ ਗਰਿੱਡਾਂ ਦੀ ਲਾਈਟ 'ਚ, ਵੀ ਕਿਤੇ ਉਹ ਆਉਂਦੀ ਹੈ ਕਿਤੇ ਉਹ ਆਉਂਦੀ ਲਾਈਟ, ਪਤਾ ਨਹੀਂ ਲੱਗਦਾ ਵੀ ਬਾਈ ਕਿਹੜੇ ਪਾਸੇ ਦੀ। ਉਹ ਹੁਣ ਐਂ ਕਰ ਸਕਦਾ ਇਹਨੂੰ ਬਸ ਸਿਰਫ ਪਲੱਗ 'ਚ ਲਾ ਦਿਓ, ਕੋਈ ਤਾਰ ਨਹੀਂ ਖੋਲਣੀ, ਕੋਈ ਕੁਛ ਨਹੀਂ ਕਰਨਾ, ਅਤੇ ਇਹ ਜਿੱਥੇ ਪਲੱਗ 'ਚ ਲੱਗ ਗਿਆ ਉੱਥੇ ਲਾਈਟ ਦੱਸੀ ਜਾਊਗੀ ਤੁਹਾਨੂੰ, ਅਤੇ ਜਦੋਂ ਨਹੀਂ ਕੰਮ ਉਦੋਂ ਘਰੇ ਖੋਲ ਲਿਓ ਬਾਈ। ਇਹ ਵਾਰੀ ਵਾਰੀ ਲਾਈਟ ਦੱਸੂ? ਹਾਂਜੀ ਇਹ ਵਾਰੀ ਵਾਰੀ ਲਾਈਟ ਦੱਸੂਗਾ ਬਾਈ। ਠੀਕ, A to Z ਜਿੰਨੇ ਕੱਟ ਲੱਗਣਗੇ ਸਾਰੇ ਪਤਾ ਲੱਗੂ ਤੁਹਾਨੂੰ ਫੋਨ 'ਤੇ। ਠੀਕ ਹਾਂਜੀ, ਓਕੇ ਬਾਈ, ਧੰਨਵਾਦ। ਵੀਡੀਓ ਸ਼ੇਅਰ ਕਰ ਦਿਓ, ਲਾਈਕ ਤਾਂ ਸ਼ੇਅਰ ਕਰ ਦਿਓ। ਜਿਹੜਾ ਅਵਾਰਾ ਪਸ਼ੂ ਵਾਲਾ ਸੀ ਪ੍ਰੋਜੈਕਟ ਉਹ ਆਪਣਾ ਪੂਰਾ ਚੱਕ ਦਵਾਂ, ਐਂ ਜਮਾਂ ਰੈਡੀ ਆ, ਅਤੇ ਉਹਦੀ ਮਾੜੀ ਇੱਕ ਵਾਰੀ ਹੋਰ ਵਿਖਾ ਦੇ, ਫੁੱਲ ਹੀ ਪਾਣੀ 'ਚ ਪਿਆ ਜਮਾਂ ਵਾਟਰ ਪਰੂਫ ਆ। ਠੀਕ ਤੇ ਬਾਲੀ ਬਾਈ ਤੁਹਾਨੂੰ ਜਾਣਕਾਰੀ ਨਹੀਂ, ਨੰਬਰ ਬੋਲ ਦੀ ਮਾੜਾ ਜਿਹਾ, ਨੰਬਰ 73556 ਤੇ 20886, ਬਾਕੀ ਆਪਾਂ ਕਮੈਂਟ 'ਚ ਲਿਖ ਦਿਆਂਗੇ।